ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ, ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਮਿਲਦੇ ਹਾਂ ਅੱਜ ਫਿਰ ਡੈਮੋ 'ਤੇ। ਕੰਪੀਟੀਸ਼ਨ ਹੈ 265 ਨਾਲ, ਅਤੇ ਆਪਾਂ ਲੈ ਕੇ ਚੱਲੇ ਹਾਂ 30-32 ਔਰ ਤੋਤੇ ਦੀਆਂ ਸੱਬਣਾ ਕਰਦੇ ਹਾਂ ਚੇਂਜ। ਅਤੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਆ ਰਹੇ ਸੀਗੇ ਟਰੈਕਟਰ ਦਾ ਕੋਈ ਜੁਗਾੜ ਕੀਤਾ, ਪਾਣੀ ਹੈ, ਯੇ ਹੈ, ਵੋ ਹੈ। ਪਹਿਲੀ ਗੱਲ ਤਾਂ ਟਰੈਕਟਰ ਦੇ ਵਿੱਚ ਜੁਗਾੜ ਹੋ ਕੀ ਜਾਂਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਨਵੇਂ ਟਰੈਕਟਰ 'ਚ ਅਗਲਾ ਘੰਟੇ ਡੇਢ ਘੰਟੇ 'ਚ ਕੋਈ ਇੰਜਣ ਤਾਂ ਚੇਂਜ ਕਰਨ ਹੋ ਰਿਹਾ, ਕੋਈ ਪੰਪ ਕਰਨ ਹੋ ਰਿਹਾ। ਹੁਣ ਇਸ ਦੇ ਮੈਂ ਤੁਹਾਨੂੰ ਸੀਲਾਂ ਚੈੱਕ ਕਰਵਾ ਦਿੰਦਾ ਵੀ ਬਿਲਕੁਲ ਨਵਾਂ ਟਰੈਕਟਰ ਹੈ, ਠੀਕ ਹੈ। ਸਾਰੀਆਂ ਸੀਲਾਂ ਇਹਦੇ ਲੱਗੀਆਂ ਹੋਈਆਂ, ਟੋਟਲੀ ਕੋਈ ਛੇੜਛਾੜ ਨਹੀਂ। ਹਜੇ ਹੁਣੇ ਜੁੜਿਆ, ਟਾਇਰਾਂ 'ਚ ਵੀ ਆਪਾਂ ਹਵਾ ਕੱਢਦੇ ਹਾਂ ਹੁਣ, ਠੀਕ ਹੈ, ਹਵਾ ਬਹੁਤ ਜ਼ਿਆਦਾ। ਅਤੇ ਆਪਾਂ ਤਾਂ ਵੀਡੀਓ ਦੇ ਵਿੱਚ ਇਹ ਵੀ ਕਹਿੰਦੇ ਹਾਂ ਕਿ ਕਿਸੇ ਨੂੰ ਕੋਈ ਡੈਮੋ ਵਾਲਾ ਟਰੈਕਟਰ ਪਸੰਦ ਆਉਂਦਾ, ਜਿਹਦੀ ਡੈਮੋ ਦਿੰਦੇ ਹਾਂ ਤਾਂ ਆਪਾਂ ਟਰੈਕਟਰ ਉਹ ਉੱਥੇ ਛੱਡ ਦਾਂਗੇ। ਜੇ ਕੋਈ ਵੀਡੀਓ ਦੇ ਵਿੱਚ ਕਹਿੰਦਾ ਵੀ ਮੈਨੂੰ ਟਰੈਕਟਰ ਲੈਣਾ, ਉਹੀ ਟਰੈਕਟਰ ਚੇਸੀ ਨੰਬਰ ਇੰਜਨ ਨੰਬਰ ਤੁਹਾਨੂੰ ਮੈਂ ਭੇਜ ਸਕਦਾ, ਉਹ ਟਰੈਕਟਰ ਤੁਸੀਂ ਰੱਖ ਸਕਦੇ ਹੋ। ਅਤੇ ਅੱਜ ਚੱਲਦੇ ਹਾਂ ਆਪਾਂ 265 ਦੇ ਨਾਲ, ਕੰਪੀਟੀਸ਼ਨ ਹੈ 30-32 ਦਾ, ਕਹਿੰਦੇ ਕਿਉਂ ਮੰਗੇ ਲੈ ਹਵਾ ਕੱਢ ਫਿਰ ਇਹਦੀ ਟੂਟੀ ਖੋਲ, ਨਾਲੇ ਪਤਾ ਲੱਗ ਜੂ ਕਹਿੰਦੇ ਪਾਣੀ ਪਾਉਂਦੇ ਤੁਸੀਂ ਡੈਮੋ ਵਾਲੇ ਟਰੈਕਟਰ 'ਚ। ਤੂੰ ਬਾਅਦ ਜੋ ਟਾਇਰ ਲੱਫਣ ਲੱਗ ਗਿਆ ਉਹਦਾ ਛੱਡ ਦੀ, ਬਾਲ ਖੋਲ ਦੇ ਪੂਰਾ, ਟੂਟੀ ਨੇ ਛੱਡ ਦੀ, ਜੋ ਕਹਾਂ ਉਹਦੇ ਨਾਲ ਦੀ ਨਾਲ ਲਾ ਦੀ ਬਸ। ਦੇਖ ਲਓ ਪਾਣੀ 'ਤੇ ਨਿਕਲਦਾ, ਚੱਲ 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 ਬਸ ਲਾ ਦੇ ਲਾ ਦੇ ਲਾ ਦੇ ਲਾ ਦੇ। ਵੇਖੋ ਆਪਾਂ ਜਿਵੇਂ ਬਾਹੀ ਕਰਦੇ ਹਾਂ ਜਾਂ ਕੋਈ ਵੀ ਇੰਪਲੀਮੈਂਟ ਚਲਾਉਂਦੇ ਖੇਤ 'ਚ, ਤਾਂ ਕੰਪਨੀ ਕਹਿੰਦੀ ਹੈ ਵੀ 10-12 ਪੁਆਇੰਟ ਹਵਾ ਆਉਣੀ ਚਾਹੀਦੀ ਹੈ ਟਾਇਰ 'ਚ। ਅਤੇ ਕਈ ਆਪਾਂ ਨੂੰ ਇਹੋ ਜਿਹੇ ਟੱਕਰ ਦੇ ਗ੍ਰਾਹਕ ਜਿਹੜੇ ਹਵਾ ਘਟਾਉਂਦੇ ਨੇ ਟਰਾਲੇ 'ਚ ਵੀ ਉਹੀ ਅਤੇ ਬਾਹੀ 'ਚ ਵੀ ਉਹੀ, ਅਤੇ ਟਰੈਕਟਰ ਸਲਿੱਪ ਮਾਰੀ ਜਾਂਦਾ, ਨਾ ਐਵਰੇਜ ਦਿੰਦਾ, ਨਾ ਕੰਮ ਨਿਬੇੜਦਾ, ਨਾ ਕੋਈ ਇੰਪਲੀਮੈਂਟ ਸੰਦ ਖਿੱਚਦਾ। ਅਤੇ ਇਸ ਕਰਕੇ 10-12 ਪੁਆਇੰਟ ਹਵਾ ਰੱਖਣੀ ਚਾਹੀਦੀ ਹੈ ਤੁਹਾਨੂੰ ਬਾਹੀ ਦੇ ਵਿੱਚ, ਔਰ ਟਰਾਲੀ 'ਚ 18-20। ਹੋਰ ਕੱਢ ਬਸ ਲਾ ਦੇ। ਔਰ ਆਪਣਾ ਇਹ ਹਿਸਾਬ ਕਿਤਾਬ ਹੈ ਕਿ ਕੋਈ ਵੀ ਇੰਪਲੀਮੈਂਟ ਪਾਈਏ ਪਿੱਛੇ, ਕਲਟੀਵੇਟਰ ਪਾਈਏ ਜਾਂ ਤੋਤੇ ਪਾਈਏ, ਉਹਦੀ ਲਿਫਟ ਤਾਂ ਹਾਂ ਚੱਕ ਲੈਣੀ ਚਾਹੀਦੀ ਹੈ ਔਰ ਖੜ੍ਹੇ ਦੀ ਹਵਾ ਕੱਢਣੀ ਚਾਹੀਦੀ, ਜਿੱਥੋਂ ਟਾਇਰ ਥੋੜ੍ਹਾ ਥੋੜ੍ਹਾ ਲਿਫਣ ਲੱਗ ਜੇ ਬਸ ਉੱਥੇ ਛੱਡ ਦੇ। ਹੁਣ ਜਿਵੇਂ ਆਪਾਂ ਕੋਈ ਗੇਜ ਨਾਲ ਹਵਾ ਨਹੀਂ ਚੈੱਕ ਕਰੀ, ਕੋਈ ਆਪਣੇ ਕੋਲ ਮੀਟਰ ਹੈ ਨਹੀਂ, ਆਪਾਂ ਸਿਰਫ ਟਾਇਰਾਂ ਦਾ ਲਿਫਾ ਵੇਖਿਆ ਵੀ ਥੋੜ੍ਹੇ ਥੋੜ੍ਹੇ ਟਾਇਰ ਵੇਖੋ ਲਿਫਣੇ ਚਾਹੀਦੇ ਹੈ ਕਿ ਡੇਢ ਗੁੱਡੀ ਟਰੈਕਟਰ ਦੀ ਟਿਕ ਗਈ ਥੱਲੇ। ਅਤੇ ਬਾਕੀ ਆਪਣੇ ਕੋਲ ਕਾਫੀ ਪੁਰਾਣੇ ਟਰੈਕਟਰ ਖੜ੍ਹੇ ਹੈ, ਅਤੇ ਮੈਂ ਨੰਬਰ ਪਾ ਦੂੰਗਾ, ਅਤੇ ਕਿਸੇ ਨੇ ਕੋਈ ਪੁਰਾਣੇ ਟਰੈਕਟਰ ਦਾ ਰੇਟ ਪੁੱਛਣਾ ਹੋਵੇ ਅਤੇ ਉਹ ਕੰਟੈਕਟ ਕਰ ਸਕਦਾ, ਬਾਹਰ ਵੀ ਖੜ੍ਹੇ ਨੇ ਨਵੇਂ 585-3630 ਖੜ੍ਹੇ ਨੇ, ਜੋਂਡੀਅਰ ਖੜ੍ਹੇ ਨੇ, ਮੈਸੀ ਟਰੈਕਟਰ ਕਾਫੀ ਖੜ੍ਹੇ ਨੇ। ਤੁਹਾਨੂੰ ਅੱਗੇ ਦੀ ਵੀਡੀਓ ਹੋਰ ਪਾਉਣਾ ਮੈਂ ਕੋਈ ਜਿਹੜੇ ਆਪਣੇ ਕੋਲ ਬਾਹਰ ਨਵੇਂ ਮਾਡਲ ਟਰੈਕਟਰ ਖੜ੍ਹੇ ਨੇ, ਬਸ ਸੱਬਣਾ ਬਦਲ ਕੇ ਅੱਗੇ ਇੰਨੀਆਂ ਸੱਬਾਂ ਕੱਢਣੀਆਂ, ਚਾਰ ਚਾਰ ਉਂਗਲਾਂ ਹੀ ਤੇ ਬਦਲ ਕੇ ਪਾਉਣੀਆਂ ਬਾਬੇ। ਉਹ ਵੀ ਬਾਈਆਂ ਦੇ ਘਰੇ ਪਹੁੰਚ ਗਏ, ਟਰੈਕਟਰ ਆ ਗਿਆ, ਸ਼ੋ ਸ਼ੂ ਲਾਈ ਹੈ, ਲੰਡਾ ਕੀਤਾ ਜਮਾਂ। 265 XT ਆਉਂਦਾ ਕਿ ਇਹ XT ਹੈ ਕਿ ਕਿਹੜਾ ਆਉਂਦਾ 265 XT HP ਬਿਲਕੁਲ ਨਵਾਂ ਟਰੈਕਟਰ ਹੈ ਜੀ, ਇਹਦੇ ਨਾਲ ਚਲਾਉਣਾ ਇਹਨੂੰ।
ਉਹ ਲਗਾਵੇ ਕੋਨੇ ਪੈਨ ਸੇ ਟੜੋ ਬਾਹਰ ਕਰ ਲਾਗੇ ਹੈ ਸਿੱਧੇ ਉਹ ਫੜ ਲੈ ਟੇਟਰ ਕਿਸੋ ਬਿੱਲੋ ਕਿਸੋ ਐ ਡੀਆਈ ਹਾਂ ਡੀਆਈ ਉਹ ਸਾਧ ਦੋ ਦੋ ਕੁ ਲੈ ਵੇ ਜਾ ਉਹ ਮਾਨਗੜ ਕੰਪਨੀ ਆੜੋ ਸੁਰੇ ਟੈਕ ਉਹ ਦੋ ਗਾਇ ਸੀ ਜੋ ਗੇ ਰਾ ਹੈ ਸੀ ਜੋ ਗੇ ਰਾ ਹਾਂ ਜੋ ਹਾਂ ਜੋ ਇਹ ਇੰਨਾ ਤੋਂ ਚਕੀ ਜੇ ਤੁਸੀਂ ਹਾਂ ਜੀ ¡Gracias!
ਦਿੰਨਾ ਲੱਭੀ ਮਾਰ ਰਹੇ ਗੇ ਓਏ ਕੰਮ ਕਰ ਇੰਨੇ ਦੇ आज वाका आ जाओ तीन ले फिर चक्के ना आवाज आवाज कह दोगे ले फिर चक्के ना बज जाएगा आ मुंडे ने लैना कहते ट्रैक्टर ट्रैक्टर आ गया पसंद बई दे आई ट्रैक्टर लैना चेसी नंबर इंजन नंबर की फोटो लै रहे हैं भी आई ट्रैक्टर रखना वे देखो जी एक मटगाड़ के पिछे प्लेट लगी हुई वो फोटो लै ली इधरली साइड लगी हुई है क्लच वाली साइड हाँ जी शोक तो लाती बई अच्छा रिपर खातर